ਹੈਲੋ ਗਾਈਸ, ਤੁਹਾਡੇ ਸਾਰਿਆਂ ਦਾ ਸਵਾਗਤ ਹੈ ਰਜਤ ਗੋਰਖਾ 06 ਦੇ ਚੈਨਲ 'ਤੇ। ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਜੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਬੈੱਲ ਆਈਕਨ ਨੂੰ ਕਰ ਲਓ ਪ੍ਰੈਸ ਸਾਡੀ ਲੇਟੈਸਟ ਵੀਡੀਓ ਦੇਖਣ ਦੇ ਲਈ। ਅਤੇ ਗਾਈਜ਼, ਅੱਜ ਦੀ ਵੀਡੀਓ 'ਚ ਅਸੀਂ ਕਰਨ ਜਾ ਰਹੇ ਹਾਂ ਆਪਣੀ ਫੋਟੋ ਨੂੰ ਐਡਿਟ, ਉਹ ਵੀ ਲਾਈਟ ਰੂਮ ਦੇ ਵਿੱਚ। ਅਤੇ ਤੁਹਾਨੂੰ ਵੀ ਦੱਸਾਂਗੇ ਕਿੱਦਾਂ ਕਰ ਸਕਦੇ ਤੁਸੀਂ ਆਪਣੀ ਫੋਟੋ ਐਡਿਟ ਲਾਈਟ ਰੂਮ ਦੇ ਵਿੱਚ। ਗਾਈਜ਼, ਅਸੀਂ ਇੱਕ ਫੋਟੋ ਚੁਣ ਲਈ ਹੈ ਜਿਹੜੀ ਤੁਹਾਡੀ ਤੁਸੀਂ ਸਕਰੀਨ 'ਤੇ ਦੇਖ ਪਾ ਰਹੇ ਹੋ ਗਏ। ਅੱਜ ਅਸੀਂ ਕਰਾਂਗੇ ਇਹਨੂੰ ਐਡਿਟ। ਜੇ ਤਾਂ ਅਸੀਂ ਸਿੰਪਲ ਐਡਿਟ ਕਰਨੀ ਆ ਅਤੇ ਉਹ ਸੌਖੀ ਆ। ਹੁਣ ਅਸੀਂ ਇਹ 'ਚ ਥੋੜ੍ਹੇ ਕਲਰ ਜੇ ਕਰਨੇ ਮੋਡੀਫਾਈ। ਚਲੋ ਗਾਈਜ਼, ਕਰਦੇ ਹਾਂ ਸਟਾਰਟ। ਸਾਰਿਆਂ ਨਾਲ ਪਹਿਲੇ ਜੇ ਤੁਸੀਂ ਸਿੰਪਲ ਮੋਡੀਫਾਈ ਕਰਨੀ ਹੈ ਤਾਂ ਥੱਲੇ ਤੁਹਾਨੂੰ ਦੇਖ ਸਕਦੇ ਤੁਸੀਂ, ਤੁਹਾਨੂੰ ਆਟੋ ਦਾ ਆਪਸ਼ਨ ਦਿੱਤਾ ਆ ਅਤੇ ਆਟੋ 'ਤੇ ਕਲਿੱਕ ਕਰਕੇ ਤੁਸੀਂ ਆਪਣੀ ਸਿੰਪਲੀ ਐਡਿਟ ਕਰ ਸਕਦੇ ਹੋ। ਲੇਕਿਨ ਅਸੀਂ ਕਰਨੀ ਹੈ ਥੋੜ੍ਹੀ ਜ਼ਿਆਦਾ ਅਤੇ ਅਸੀਂ ਪੂਰੀ ਕਰਕੇ ਦੱਸਾਂਗੇ। ਇੱਕ ਵਾਰੀ ਤੁਹਾਨੂੰ ਆਟੋ 'ਤੇ ਕਲਿੱਕ ਕਰਕੇ ਅਸੀਂ ਦੱਸ ਦਿੰਦੇ ਹਾਂ। ਦੇਖ ਸਕਦੇ ਹੋ ਗਾਈਜ਼, ਆਟੋ 'ਚ ਵੀ ਕਲਰ ਥੋੜ੍ਹੇ ਚੇਂਜ ਹੋ ਚੁੱਕੇ ਹਨ, ਜਿੱਦਾਂ ਕਿ ਤੁਸੀਂ ਹੁਣ ਸਕਰੀਨ 'ਤੇ ਦੇਖ ਪਾ ਰਹੇ ਹੋ। ਆਟੋ 'ਤੇ ਜਿੱਦਾਂ ਤੁਸੀਂ ਵੇਖਿਆ ਕਲਿੱਕ ਕਰਕੇ ਉਹਨਾਂ ਨੂੰ ਦੱਸ ਦਿੱਤਾ ਹੈ ਕਿ ਫੋਟੋ ਦਾ ਡਿਫਰੈਂਸ। ਹੁਣ ਤਾਂ ਸਾਈਡ 'ਤੇ ਲਾਈਟ ਦੀ ਆਪਸ਼ਨ ਆਉਂਦੀ ਹੈ, ਹੁਣ ਅਸੀਂ ਉੱਤੇ ਜਾ ਕੇ ਕਰਦੇ ਹਾਂ ਐਡਿਟ। ਆਪਣੇ ਹਿਸਾਬ ਨਾਲ ਤੁਸੀਂ ਲਾਈਟ ਰੱਖ ਲੈਣੀ ਆ, ਜਿੱਦਾਂ ਵੀ ਤੁਹਾਨੂੰ ਠੀਕ ਲੱਗੇ। ਅਸੀਂ ਬਸ ਦੱਸਣਾ ਤੁਹਾਨੂੰ ਕਿ ਕਿੱਦਾਂ ਦੀ ਤੁਸੀਂ ਫੋਟੋ ਐਡਿਟ ਕਰ ਸਕਦੇ ਹੋ। ਕੋਂਸਟਰਾਟ, ਹਾਈਲਾਈਟ, ਸ਼ੈਡੋ, ਇਹ ਸਾਰਾ ਤੁਸੀਂ ਆਪਣੇ ਹਿਸਾਬ ਨਾਲ ਦੇਖਣਾ। ਜਿੱਦਾਂ ਸਾਨੂੰ ਠੀਕ ਲੱਗ ਰਿਹਾ ਅਸੀਂ ਉੱਦਾਂ ਰੱਖ ਰਹੇ ਹਾਂ, ਅਤੇ ਤੁਸੀਂ ਫਾਈਨਲੀ ਤੁਸੀਂ ਐਂਡ 'ਤੇ ਫੋਟੋ ਦੇਖ ਹੀ ਪਾਓਗੇ ਕਿ ਫੋਟੋ ਕਿਹੋ ਜਿਹੀ ਐਡਿਟ ਹੁੰਦੀ ਆ। ਵਾਈਟਨੈਸ, ਬਲੈਕਸ, ਸਾਰਾ ਤੁਸੀਂ ਆਪਣੇ ਹਿਸਾਬ ਨਾਲ ਕਰਨਾ। ਵਾਈਟਨੈਸ ਨਾਲ ਥੋੜ੍ਹੀ ਵਾਈਟਨੈਸ ਆ ਜਾਏਗੀ, ਇੰਨਾ ਸਾਡੇ ਹੇਅਰ ਕਲਰ ਦਾ ਜਾਂ ਅਸੀਂ ਕੁੱਕ ਬਲੈਕ ਪਏਗਾ ਉਹ ਥੋੜ੍ਹਾ ਲਾਈਟ ਹੋ ਜਾਏਗਾ। ਚਲੋ ਗਾਈਸ, ਇਹ 'ਚ ਤੁਸੀਂ ਦੇਖ ਸਕਦੇ ਹੋ ਅਸੀਂ ਕਰ ਲਈ ਆ ਲਾਈਟ ਵਾਲਾ ਪੂਰਾ, ਜਿੱਦਾਂ ਕਿ ਸਾਨੂੰ ਬੈਟਰ ਲੱਗਾ ਉਹ ਅਸੀਂ ਕਰ ਚੁੱਕੇ ਹਾਂ। ਅਤੇ ਹੁਣ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਕਲਰਸ ਦੇ ਵਿੱਚ। ਚਲੋ ਗਾਈਸ, ਥੱਲੇ ਆਪਸ਼ਨ ਆ ਰਹੀ ਹੈ ਕਲਰਸ ਦੀ, ਦੇਖ ਸਕਦੇ ਤੁਸੀਂ ਲਾਈਟ ਤੋਂ ਅਗਲੀ ਆਪਸ਼ਨ ਆ ਕਲਰਸ ਦੀ, ਅਤੇ ਅਸੀਂ ਲੈ ਕੇ ਜਾਂਦੇ ਹਾਂ ਕਲਰਸ ਦੇ ਵਿੱਚ। ਪਹਿਲੇ ਅਸੀਂ ਥੋੜ੍ਹੀ ਜਿਹੀ ਇੱਧਰੋਂ ਕਰ ਲਈ ਆਪਣੀ ਫੋਟੋ ਐਡਿਟ। ਜਿੱਦਾਂ ਕਿ ਤੁਸੀਂ ਦੇਖ ਸਕਦੇ ਅਸੀਂ ਕਲਰ ਵਿੱਚ ਪਹੁੰਚ ਚੁੱਕੇ ਹਾਂ, ਅਤੇ ਆਪਣੇ ਹਿਸਾਬ ਨਾਲ ਤੁਸੀਂ ਕਲਰ ਦੇਖ ਲਓ ਕਿੱਡੀ ਟਿਊਨ ਪਾਉਣੀ ਆ। ਅਸੀਂ ਥੋੜ੍ਹੀ ਜਿਹੀ ਬਲੂ ਟਿਊਨ ਰੱਖੀ ਆ, ਪਰਪਲ। ਇਹ ਦੇਖੋ ਕਿੰਨੇ, ਇਹ ਕਲਿੱਕ ਕਰਦੇ ਸਾਰ ਹੀ ਕਿੰਨੇ ਕਲਰ ਚੇਂਜ ਹੋ ਚੁੱਕੇ ਹਨ ਸਾਡੀ ਵੀਡੀਓ 'ਚ। ਇਹ ਹੋਰ ਡਾਰਕ ਹੋ ਜਾਂਦੇ, ਲਾਈਟ ਹੋ ਜਾਂਦੇ, ਇੱਧਰ ਬਿਲਕੁਲ ਲਾਈਟ। ਅਤੇ ਉਤਲੀ ਆਪਸ਼ਨ ਵੀ ਜੇ ਅਸੀਂ ਇੱਧਰ ਨੂੰ ਲੈ ਜਾਈਏ ਤਾਂ ਲਾਈਟ ਹੋ ਜਾਂਦੀ ਹੈ, ਅਤੇ ਪਲੱਸ ਵਾਲੀ ਸਾਈਡ 'ਤੇ ਲੈ ਜਾਈਏ ਤਾਂ ਡਾਰਕ ਹੋ ਜਾਂਦੀ ਆ। ਇੱਥੇ ਥੋੜ੍ਹੇ ਕਲਰ ਠੀਕ ਲੱਗ ਰਹੇ, ਉੱਤੇ ਤੁਹਾਨੂੰ ਮਿਕਸ ਦੀ ਆਪਸ਼ਨ ਆਈ ਹੈ, ਉਹ 'ਚ ਸਾਰੇ ਕਲਰ ਆ ਚੁੱਕੇ ਨੇ, ਉਸ 'ਚ ਤੁਸੀਂ ਆਪਣੇ ਹਿਸਾਬ ਨਾਲ ਕਰ ਲਓ ਡੇਟ। ਦੇਖ ਸਕਦੇ ਹੋ ਜਿੱਦਾਂ ਤੁਸੀਂ ਅਸੀਂ ਕਰ ਰਹੇ ਹਾਂ। ਇਹ ਸਕਿਨ ਦਾ ਕਲਰ ਹੁੰਦਾ ਵਾ, ਉਹ ਵੀ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ, ਵਾਈਟ, ਪਿੰਕ, ਜਿੱਦਾਂ ਵੀ ਤੁਹਾਨੂੰ ਚੰਗਾ ਲੱਗੇ। ਉਸ ਤੋਂ ਬਾਅਦ ਸਾਡੇ ਕੋਲ ਯੈਲੋ ਆਪਸ਼ਨ ਆ, ਗ੍ਰੀਨ ਹੈ, ਲਾਈਟ ਬਲੂ, ਬਲੂ ਬੜੀ ਆਪਸ਼ਨ ਆ, ਤੁਹਾਨੂੰ ਸਾਰਿਆਂ ਦੇ ਕਰਕੇ ਦੱਸ ਜੇ ਇਹਨਾਂ ਦੇਖ ਸਕਦੇ ਹੋ ਤੁਸੀਂ ਬੈਕਗਰਾਊਂਡ 'ਤੇ ਇਫੈਕਟ ਪੈ ਰਿਹਾ। ਇਹਨਾਂ ਪਿੱਛੇ ਟ੍ਰੀ 'ਤੇ ਕਲਰ 'ਤੇ ਇਫੈਕਟ ਪੈ ਰਿਹਾ। ਅਤੇ ਹੁਣ ਅਸੀਂ ਜਾਂਦੇ ਹਾਂ ਬਲੂ ਕਲਰ ਦੇ ਵਿੱਚ। ਇਹਨਾਂ ਸਾਡੀ ਟੀ ਸ਼ਰਟ 'ਤੇ ਕਲਾਊਡਸ ਵਿੱਚ ਫਰਕ ਪੈ ਚੁੱਕਿਆ, ਜਿੱਦਾਂ ਕਿ ਤੁਸੀਂ ਸਕਰੀਨ 'ਤੇ ਦੇਖ ਪਾ ਰਹੇ ਹੋ। ਅਸੀਂ ਥੋੜ੍ਹਾ ਜਿਹਾ ਇਹਨੂੰ ਆਪਣੇ ਹਿਸਾਬ ਨਾਲ ਕਰ ਲਾਂਗੇ। ਜਿਹੜਾ ਤੁਸੀਂ ਕਲਾਊਥ ਪਾਇਆ ਹੈਗਾ ਉਹ ਕਲਰ ਤੁਸੀਂ ਵੀ ਚੇਂਜ ਕਰ ਸਕਦੇ ਹੋ। ਅਤੇ ਅੱਗੇ ਸਾਡੇ ਕੋਲ ਆਪਸ਼ਨ ਆ ਜਾਂਦੀ ਹੈ ਇਫੈਕਟ ਦੀ। ਹੁਣ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਪਹਿਲੇ ਨਾਲੋਂ ਫੋਟੋ ਥੋੜ੍ਹੀ ਚੇਂਜ ਹੋ ਚੁੱਕੀ ਆ, ਦੇਖ ਸਕਦੇ ਤੁਸੀਂ ਕਿੰਨਾ ਡਿਫਰੈਂਸ ਆ ਚੁੱਕਿਆ ਫੋਟੋ ਦੇ ਵਿੱਚ। ਹੁਣ ਤੁਹਾਨੂੰ ਅਸੀਂ ਲੈ ਕੇ ਜਾਂਦੇ ਹਾਂ ਅਗਲੀ ਆਪਸ਼ਨ ਦੇ ਵਿੱਚ। ਅਗਲੀ ਆਪਸ਼ਨ ਹੈ ਇਫੈਕਟ, ਕਲਿੱਕ ਕਰਤੇ ਇਫੈਕਟ 'ਤੇ ਟੈਕਸਚਰ ਆਏਗਾ। ਇਹ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਰੱਖ ਸਕਦੇ ਹੋ, ਫੋਟੋ ਥੋੜ੍ਹੀ ਸ਼ਾਰਪਿੰਗ ਜਿਹੀ ਲੁੱਕ 'ਚ ਆ ਜਾਂਦੀ ਆ। ਅੱਗੇ ਕਲੈਰਿਟੀ ਹੈ, ਤੁਹਾਡੇ ਕੋਲ ਕਲੈਰਿਟੀ ਜ਼ਿਆਦਾ ਕਰ ਜੂਗੀ ਡੇਂਜਰ, ਅਤੇ ਸਮੂਥ ਕਰ ਦੋਗੇ ਕੁੜੀਆਂ ਲਈ ਸਮੂਥ, ਅਤੇ ਮੁੰਡਿਆਂ ਲਈ ਪਲੱਸ, ਕੁੜੀਆਂ ਲਈ ਮਾਈਨਸ, ਮੁੰਡਿਆਂ ਲਈ ਪਲੱਸ। ਅਸੀਂ ਥੋੜ੍ਹਾ ਜਿਹਾ ਪਲੱਸ 'ਤੇ ਰੱਖਾਂਗੇ। ਅਤੇ ਅੱਗੇ ਜਿਹੜੀ ਆਪਸ਼ਨ ਆ ਉਹਨੂੰ ਵੀ ਅਸੀਂ ਮਾਈਨਸ ਕਰੋਗੇ ਅਤੇ ਲਾਈਟ ਆ ਜਾਏਗੀ ਅਤੇ ਡਾਰਕ ਆ ਜਾਏਗੀ, ਉਹ ਅਸੀਂ ਸਿੰਪਲ ਹੀ ਰੱਖਾਂਗੇ। ਅੱਗੇ ਸਾਡੇ ਕੋਲ ਇਹਦਾ
करके अं थोड़ी साइड से शैडो दे लें, मिड की भी थोड़ी जी वाइट रखते हैं, तो अपने हिसाब न तुम कर लियो। जे तुम डार्क चाहिए डार्क रख लियो, जे तुम लाइट चाहिए लाइट रख लियो। अगली ऑप्शन है डिटेल तो उत्ते शार्प करनी है, जिन्नी भी शार्प करनी है देख सकते हो तो शार्प करनी होगी, लेकिन अं शार्प फोटो नहीं करनी, तो साढ़े लिए इन फोटो बड़ी बैटर आ। तो गाइस तुम देख सकते हो फोटो अगे नो कि एडिट हो चुकी है, तुम अं दिखाने होने बिफोर आफ्टर करके देख सकते हो। गाइस फोटो च बहुत ही ज़्यादा फर्क पै चुका है। हूँ अं यह फोटो अपने मोबाइल के अंदर सेव कर लें, जल्दी दे नाल देख ही सकते हो, पहले फर्क देख लो, फर्क बहुत ही ज़्यादा पै चुका है। हूँ अं कर लें अपने मोबाइल के अंदर सेव, सेव हो रही है डी फोटो। सेव करन तो बाद अं फोटो नू लिया के जावांगे लाइट स्नैपसीड ऐप च। चलो गाइस फोटो हो चुकी है सेव, तो अं लै चलने स्नैपसीड ऐप च। जिदा कि तुम देख पा रहे हो साड़ी फोटो चल चुकी है स्नैपसीड ऐप च, तो अं जाके टूल्स से सिलेक्टिव से क्लिक करके तो अपने हिसाब ना थोड़ा चेंज कर लेना। जिसे तुम ब्लैकनैस ज़्यादा लग रही है वाइटनैस कर लो, वाइटनैस ज़्यादा लग रही है ब्लैकनैस कर लो, वो तुहाडी मर्जी है। ए भी ऐप च अं बस तुम दसना वा कि फोटो एडिट कर सकते हो तुम। जिदा ब्लैक कलर है मैं थोड़ा डार्क करता ब्लैक च, जिदा मैं थोड़ा ब्राइटनैस वधाती तो कि सही कलर कॉम्बीनेशन हो गया है। जे तुम बैकग्राउंड से भी लगता तो बैकग्राउंड से भी कर सकते हो, हाँ सानू नहीं लग रहा तो अं इसलिए नहीं कर रहे, तो फटाफट अं कर लें एडिट। फोटो हो चुकी है एडिट, तो हूँ इन कर लें अपनी गैलरी में सेव। फोटो हो चुकी है एडिट, तो हूँ इन तुम वेख सकते अं कल एक सेफ, तो हूँ अं तुम डिफरेंस विखाने पहली फोटो से हूँ वाली देख सकते हो। ऐ वा हड्डी पहली जिन्हों अं हूँ एडिट करता वा, तो हूँ तुम मेरे तो अगे विखाने एडिट वाली देख सकते हो। गाइस कि डिफरेंस जमीन आसमान का डिफरेंस है देख सकते, हम पहली फोटो देखने का जी नहीं करना। तो बस गाइस अज की वीडियो इन्ना ही, वीडियो चंगी लगी वीडियो कर दो लाइक शेयर, तो चैनल कर लो सबसक्राइब हड्डी लेटैसट वीडियो देखने के लिए। थैंक यू गाइज़।